ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਇਸ ਵਕਤ ਅਸੀਂ ਇਹੋ ਜਿਹੀ ਥਾਂ 'ਤੇ ਹਾਂ ਜਿੱਥੇ ਖੂਬਸੂਰਤ ਨੇਚਰ ਹੈ, ਬਿਊਟੀਫੁਲ ਲੋਨਸ ਨੇ, ਬਹੁਤ ਵਧੀਆ ਆਸ ਪਾਸ ਵਾਦੀਆਂ ਨੇ। ਤੁਹਾਡੀ ਟੈਨਸ਼ਨ ਫਰੀ ਜ਼ਿੰਦਗੀ ਤੋਂ ਰਿਲੈਕਸ ਹੋ ਕੇ ਤੁਸੀਂ ਇੱਥੇ ਬਹਿ ਸਕਦੇ ਹੋ, ਕਿਉਂਕਿ ਮੈਨੂੰ ਬਹੁਤ ਮਜ਼ਾ ਆ ਰਿਹਾ। ਅਤੇ ਅਸੀਂ ਇਸ ਵਕਤ 60 ਕਿਲੋਮੀਟਰ ਦੂਰ ਚੰਡੀਗੜ੍ਹ ਤੋਂ, 300 ਕਿਲੋਮੀਟਰ ਦੂਰ ਦਿੱਲੀ ਤੋਂ, ਅਤੇ ਇੱਥੇ ਇਹਨੂੰ ਕਿਹਾ ਜਾਂਦਾ ਬਾਈਕਰਸ ਪੈਰਾਡਾਈਸ। ਮੈਂ ਗੱਲਾਂ ਬਹੁਤ ਕਰ ਲਈਆਂ, ਤਾਰੀਫ ਬਹੁਤ ਕਰ ਲਈ, ਪਰ ਆਖਿਰਕਾਰ ਥਾਂ ਕਿਹੜੀ ਹੈ ਇਹ ਵੀ ਤੁਸੀਂ ਸੋਚ ਰਹੇ ਹੋਵੋਗੇ, ਤੁਹਾਨੂੰ ਹੁਣ ਦੱਸਦੇ ਹਾਂ। ਆਓ ਚੱਲੀਏ। ਇਸ ਵਕਤ ਅਸੀਂ ਹੈਗੇ ਹਾਂ ਭਰਤਗੜ੍ਹ ਸਿਰਾਏ, ਜਿਹੜਾ ਕਿ NH-21 ਦੇ ਬਿਲਕੁਲ ਨਾਲ ਪੈਂਦਾ। ਯਾਨੀ ਜੇ ਤੁਸੀਂ ਬਾਈਕ 'ਤੇ ਟ੍ਰਿਪ 'ਤੇ ਆ ਰਹੇ ਹੋ, ਐਜ਼ ਅ ਟੂਰਿਸਟ ਅੱਗੇ ਜਾ ਰਹੇ ਹੋ, ਮਨਾਲੀ ਜਾ ਰਹੇ ਹੋ, ਕੁੱਲੂ ਜਾ ਰਹੇ ਹੋ, ਕਿਤੇ ਹੋਰ ਜਾ ਰਹੇ ਹੋ, ਤਾਂ ਇੱਥੇ ਜ਼ਰੂਰ ਤੁਸੀਂ ਰੁਕੋ, ਕਿਉਂਕਿ ਇੱਥੇ ਜੋ ਤੁਹਾਨੂੰ ਖੁਸ਼ਤਾਰ ਕਰੇਗਾ ਇਹ ਨਜ਼ਾਰਾ, ਉਹ ਸ਼ਾਇਦ ਹੋਰ ਕਿਤੇ ਨਹੀਂ ਮਿਲਣਾ। ਕਿਉਂਕਿ ਇੱਕ ਪਾਸੇ ਸਤਲੁਜ ਦਰਿਆ ਅਤੇ ਦੂਜੇ ਪਾਸੇ ਇਹ ਪਹਾੜੀਆਂ, ਆਪਣੇ ਆਪ 'ਚ ਤੁਹਾਡਾ ਮਨ ਜਿਹੜਾ ਉਹ ਮੋਹ ਲੈਣਗੀਆਂ। ਅਤੇ ਨਾਲ ਦੇ ਨਾਲ ਇੱਥੇ ਦਾ ਜ਼ਾਇਕਾ, ਬ੍ਰੇਕਫਾਸਟ, ਲੰਚ ਜਾਂ ਡਿਨਰ ਹੋਵੇ, ਜੋ ਤੁਹਾਨੂੰ ਇੱਥੇ ਜ਼ਾਇਕਾ ਮਿਲੇਗਾ, ਜੋ ਪ੍ਰਾਇਓਰਿਟੀ ਮਿਲੇਗੀ, ਉਹ ਸ਼ਾਇਦ ਕਿਤੇ ਹੋਰ ਨਹੀਂ ਮਿਲੂਗੀ। ਅਤੇ ਆਓ ਦਿਖਾਈਏ ਕਿ ਆਖਿਰਕਾਰ ਇੱਥੇ ਦਾ ਜ਼ਾਇਕਾ ਕੀ ਹੈ। ਕੀ ਹਾਲ ਹੈ ਸਰ? ਥੈਂਕ ਯੂ, ਥੈਂਕਸ ਅ ਲੋਟ ਜੀ, ਥੈਂਕ ਯੂ। ਬਹੁਤ ਬਹੁਤ ਵਧੀਆ, ਬਹੁਤ ਅੱਛਾ ਹੈ। ਥੋੜੀ ਧੁੱਪ ਸੀ, ਹੁਣ ਹਵਾਵਾਂ ਚੱਲ ਰਹੀਆਂ ਨੇ, ਤੇ ਹੁਣ ਹਵਾਵਾਂ 'ਚ ਜਿਹੜੀ ਠੰਡੀ ਹਵਾਵਾਂ ਖਾਸ ਤੌਰ 'ਤੇ ਇਸ ਏਰੀਆ 'ਚ ਨੇ, ਉੱਥੇ ਗੱਲ ਕਰਦੇ ਹਾਂ। ਆਓ ਚੱਲੀਏ। ਆਹਾ ਹਾ, ਕਿਆ ਬਾਤ ਹੈ, ਕਿਆ ਹਵਾ ਹੈ, ਅਤੇ ਨਾਲ ਦੇ ਨਾਲ ਕਿਆ ਥਾਂ ਹੈ। ਜੇ ਅਸੀਂ ਭਰਤਗੜ੍ਹ ਸਰਾਏ ਦੀ ਗੱਲ ਕਰੀਏ, ਸਰਾਏ ਨਾਂ ਕਿਵੇਂ ਪਿਆ? ਸਰਾਏ ਜੋ ਨਾਮ ਹੈ ਵੋ ਭਰਤਗੜ੍ਹ ਮੇਂ ਜਬ ਇਸ ਜਗ੍ਹਾ ਪੇ ਪਹਿਲੇ ਇਤਨਾ ਜ਼ਿਆਦਾ ਡਿਵਲਪਮੈਂਟ ਨਹੀਂ ਥਾ, ਤੋ ਜੋ ਹਮਾਰੇ ਓਨਰ ਹੈ ਮਿਸਟਰ ਸੁਨੀਲ ਗਰਗ ਜੀ, ਉਹਨਾਂ ਨੇ ਇੱਕ ਯੂਰੋਪੀਅਨ ਥੀਮ ਕੋ ਪਲਾਨ ਕਰਾ ਔਰ ਉਸਸੇ ਮਤਲਬ ਇੱਕ ਨਾਮ ਦੇ ਦਿਆ ਗਿਆ ਸਰਾਏ, ਜਿਸਸੇ ਮਤਲਬ ਪੀਪਲ ਯਹਾਂ ਪੇ ਆਏ, ਗੈਸ ਹਮਾਰੇ ਯਹਾਂ ਪੇ ਆਏ ਔਰ ਇੰਜੋਏ ਕਰੇਂ ਉਸ ਲਾਈਫ ਕੋ, ਫੂਡ ਕੋ ਇੱਕ ਅੱਛੇ ਸੇ ਮਤਲਬ ਜੈਸੇ ਹਮ ਹੋਮ ਮੇਡ ਫੂਡ ਹੋਤਾ ਹੈ ਔਰ ਮਤਲਬ ਹੋਟੇਲ ਕੇ ਹਿਸਾਬ ਸੇ, ਗੈਸਟ ਕੇ ਨੀਡ ਕੇ ਹਿਸਾਬ ਸੇ ਹਮਨੇ ਇਸੇ ਪਲਾਨ ਕਰਾ ਹੋਇਆ। ਯਾਨੀ ਜ਼ਾਇਕਾ ਤੇ ਖੁਦਾ ਨਾਲ ਇੱਕ ਨੇਚਰ ਨਾਲ ਕੁਰਬਤ, ਜੀ ਉਹ ਤੁਹਾਨੂੰ ਜ਼ਰੂਰ ਇੱਥੇ ਮਿਲੇਗੀ। ਅਤੇ ਸਭ ਤੋਂ ਵੱਧ ਖਾਸੀਅਤ ਜਿਹੜੀ ਹੈਗੀ ਹੈ ਕਿ ਤੁਸੀਂ ਬਾਹਰ ਬਹਿ ਕੇ ਜਿਸ ਵੀ ਹਵਾ ਚੱਲ ਰਹੀ ਹੈ ਜਾਂ ਧੁੱਪ ਵੀ ਖਿੜੀ ਹੋਈ ਹੈ, ਤੁਸੀਂ ਆਪਣਾ ਬ੍ਰੇਕਫਾਸਟ ਜਾਂ ਲੰਚ ਇੰਜੋਏ ਕਰੋਗੇ, ਅਤੇ ਇੱਕ ਜ਼ਾਇਕਾ, ਕੁਆਲਿਟੀ, ਕੁਆਂਟਿਟੀ ਅਤੇ ਨੇਚਰ, ਹੋਰ ਕਿਸੇ ਨੂੰ ਮੈਨੂੰ ਲੱਗਦਾ ਕੁਛ ਨਹੀਂ ਚਾਹੀਦਾ। ਜੇ ਇਹ ਚੀਜ਼ਾਂ ਮਿਲ ਜਾਣ ਤਾਂ ਇਹ ਚੀਜ਼ਾਂ ਇੱਥੇ ਜਿਹੜੀਆਂ ਨੇ ਉਹ ਅਵੇਲੇਬਲ ਨੇ। ਆਓ ਹੁਣ ਚੱਲਦੇ ਹਾਂ ਕਿ ਆਖਿਰਕਾਰ ਅਸੀਂ ਗੱਲਾਂ ਕੀਤੀਆਂ ਨੇ, ਅਸੀਂ ਇਸ ਥਾਂ ਬਾਰੇ ਦੱਸਿਆ, ਪਰ ਆਖਿਰਕਾਰ ਇੱਥੇ ਦਾ ਜ਼ਾਇਕਾ ਕੀ ਹੈ? ਉਹ ਜ਼ਾਇਕਾ ਜਾਣਨ ਲਈ ਇਹਨੂੰ ਦੱਸਣਾ ਪੈਣਾ, ਕਿਉਂਕਿ ਅਸੀਂ ਨਹੀਂ ਦੱਸ ਸਕਦੇ। ਤਾਂ ਹੁਣ ਚੱਲਦੇ ਹਾਂ ਅਤੇ ਦੇਖਦੇ ਹਾਂ ਆਖਿਰਕਾਰ ਇੱਥੇ ਸਾਨੂੰ ਕੀ ਖਾਣ ਨੂੰ ਮਿਲੇਗਾ। ਅਤੇ ਆਓ, ਰੈਡੀ ਹਾਂ ਜੀ ਮੈਂ ਤਾਂ। ਸਰ, ਕੀ ਖਿਲਾ ਰਹੇ ਹੋ ਫਿਰ ਅੱਜ? ਪਲੀਜ਼ ਆਈਏ ਸਰ। ਖਾਣਾ ਜੀ ਲੱਗ ਚੁੱਕਿਆ ਹੈ ਅਤੇ ਸਾਡੇ ਸ਼ਿਮਜ਼ ਚਵੇਸ਼ ਲਤਾਵਾ ਜੀ ਸਾਡੇ ਨਾਲ ਨੇ। ਸਰ, ਥੈਂਕ ਯੂ ਬਹੁਤ ਬਹੁਤ, ਤੁਸੀਂ ਪਹੁੰਚੇ ਜੀ। ਤੁਸੀਂ ਸਾਨੂੰ ਵੈਲਕਮ ਕੀਤਾ, ਤੁਸੀਂ ਬੁਲਾਇਆ ਸਾਨੂੰ। ਇਹ ਥਾਂ ਹੀ ਇਹੋ ਜਿਹੀ ਹੈ, ਅਸੀਂ ਤਾਂ ਨੇਚਰ ਦੀ ਗੱਲ ਕਰ ਰਹੇ ਸੀਗੇ, ਬਾਰਿਸ਼ ਪੈ ਗਈ, ਫਿਰ ਸੋਚਿਆ ਕਿਉਂ ਅੰਦਰ ਕਿਉਂ ਬਹਿਣਾ, ਬਾਹਰ ਬੈਠ ਕੇ ਨੇਚਰ ਇੰਜੋਏ ਕਰੀਏ ਜਿਹੜੀ ਗੱਲ ਕਰ ਰਹੇ ਹਾਂ, ਅਤੇ ਨਾਲ ਦੇ ਨਾਲ ਖਾਣਾ ਇੰਜੋਏ ਕਰੀਏ। ਖਾਣੇ 'ਚ ਬਹੁਤ ਕੁਛ ਹੈ ਜੀ ਇੱਥੇ, ਖਾਣੇ 'ਚ ਆਪਾਂ
ਬਾਹਰਲਾ ਦੇਖ ਲੈਂਦੇ ਹਾਂ, ਫਰੈਂਚ ਫਰਾਈਜ਼ ਦੇਖ ਲੈਂਦੇ ਹਾਂ, ਗ੍ਰਿਲ ਸੈਂਡਵਿਚ ਦੇਖ ਲੈਂਦੇ ਹਾਂ, ਸਪਰਿੰਗ ਰੋਲ ਦੇਖ ਲੈਂਦੇ ਹਾਂ, ਉਸ ਤੋਂ ਇਲਾਵਾ ਆਪਣਾ ਲਜ਼ੀਜ਼ ਚਿਕਨ ਵੀ ਹੈਗਾ ਅਤੇ ਦਾਲ ਹੈਗੀ ਹੈ। ਦਾਲ ਦੀ ਖਾਸੀਅਤ ਤਾਂ ਹਮੇਸ਼ਾ ਤੋਂ ਰਹੀ ਹੈ ਕਿ ਜਿਹੜੇ ਵੀ ਢਾਬੇ 'ਤੇ ਚਲੇ ਜਾਓ, ਜਿਹੜੇ ਵੀ ਰੈਸਟੋਰੈਂਟ 'ਤੇ ਚਲੇ ਜਾਓ, ਦਾਲ ਹਮੇਸ਼ਾ ਮਿਲੂਗੀ ਅਤੇ ਬਿਲਕੁਲ ਸਵਾਦ ਦੀ ਮਿਲੂਗੀ, ਕਿਉਂਕਿ ਤੜਕੇ ਵੀ ਲਾਏ ਹੁੰਦੇ ਨੇ ਅਤੇ ਫਰੈਸ਼ ਵੀ ਹੁੰਦੀ ਹੈ ਹਮੇਸ਼ਾ। ਪਰ ਇੱਥੇ ਦਾ ਖਾਣਾ ਫਰੈਸ਼ ਹੈ, ਮੈਂ ਪਹਿਲਾਂ ਹੀ ਦੱਸਦਾ, ਕਿਉਂਕਿ ਅਸੀਂ ਕਿਚਨ ਦੇਖ ਕੇ ਆਏ ਹਾਂ। ਹੁਣ ਜੀ ਜੁਵੇਸ਼ ਜੀ, ਸ਼ੁਰੂਆਤ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਨੈਕਸ ਤੋਂ। ਵਰਮਾ ਜੀ, ਤੁਸੀਂ ਮੇਰੇ ਵਾਸਤੇ ਦਾਲ ਹੀ ਮੰਗਾਤੀ, ਕੀ ਗੱਲ। ਚਿਕਨ ਵੀ ਹੈਗਾ ਅਤੇ ਨਾਲ ਦੇ ਨਾਲ ਫਰੈਂਚ ਫਰਾਈਜ਼ ਵੀ ਹੈਗੇ, ਗ੍ਰਿਲਡ ਸੈਂਡਵਿਚ ਵੀ ਹੈਗਾ ਅਤੇ ਪੀਣ ਲਈ ਸ਼ੇਕਸ ਹੈਗੇ, ਸਟ੍ਰੋਬੇਰੀ ਸ਼ੇਕ, ਚੋਕਲੇਟ ਸ਼ੇਕ। ਚੋਕਲੇਟ ਵਾਲਾ ਲੱਗ ਰਿਹਾ ਜੀ, ਇਹ ਚੋਕਲੇਟ ਹੈ, ਤੁਹਾਨੂੰ ਕਿਹੜਾ ਚਾਹੀਦਾ ਤੁਸੀਂ ਦੱਸੋ। ਬਸ ਆਪਾਂ ਚੇਅਰਸ ਕਰ ਲਾਂਗੇ, ਚੇਅਰਸ ਕਰਦੇ ਹਾਂ ਜੀ। ਠੀਕ ਹੈ, ਮਿਠਾਸ, ਕੀ ਬਾਤ, ਸਟ੍ਰੋਬੇਰੀ ਦਾ ਜ਼ਾਇਕਾ ਅਤੇ ਹੁਣ ਟਰਾਈ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਸਪਰਿੰਗ ਰੋਲ। ਸਰ ਤੁਸੀਂ ਜ਼ਰੂਰ ਕਰੋ ਨਾਲ, ਆ ਲਓ ਜੀ। ਸਪਰਿੰਗ ਰੋਲ ਬੜਾ ਡਿਫਰੈਂਟ ਲੱਗ ਰਿਹਾ ਹੈ, ਕਿਉਂਕਿ ਸਪਰਿੰਗ ਰੋਲ 'ਚ ਅੰਦਰ ਥੋੜ੍ਹੇ ਜਿਹੇ ਨੂਡਲ ਵੀ ਲੱਗ ਰਹੇ ਨੇ, ਅਨੀਅਨਸ ਲੱਗ ਰਹੇ ਨੇ ਅਤੇ ਇੱਕ ਫਲੇਵਰ ਦਿੱਤਾ ਗਿਆ, ਇੱਕ ਸ਼ਿਜ਼ਵਾਨ ਸੌਸ ਦਾ ਫਲੇਵਰ ਹੈਗਾ ਅਤੇ ਸ਼ਿਜ਼ਵਾਨ ਹੋਰ ਵੀ ਦਿੱਤੀ ਹੈ। ਇੱਕ ਚੀਜ਼ ਹੋਰ ਤੁਸੀਂ ਨੋਟ ਕੀਤੀ ਦੀ? ਕੀ ਚੀਜ਼? ਸਪਰਿੰਗ ਰੋਲ ਦਾ ਜੋ ਬਾਹਰਲੀ ਲੇਅਰ ਹੁੰਦੀ ਹੈ ਨਾ ਜੀ, ਉਹ ਬਹੁਤ ਮੋਟੀ ਹੁੰਦੀ ਹੈ, ਤੁਸੀਂ ਇੱਕ ਚੀਜ਼ ਹੋਰ ਵੀ ਨੋਟਿਸ ਕਰੋ, ਸ਼ਿਮਲਾ ਮਿਰਚ ਵੀ ਪਾਈ ਹੈ। ਇਸ ਤੋਂ ਇਲਾਵਾ ਚਲੋ ਇਹਦਾ ਪੋਸਟਮਾਰਟਮ ਵੀ ਕਰ ਲੈਂਦੇ ਹਾਂ, ਸ਼ਿਮਲਾ ਮਿਰਚ ਦੇ ਨਾਲ ਨਾਲ ਪੱਤਾ ਗੋਭੀ ਹੈ ਅਤੇ ਥੋੜ੍ਹੇ ਜਿਹੇ ਪਿਆਜ਼ ਨੇ ਅਤੇ ਗਾਜਰ ਹੈ, ਯਾਨੀ ਇੱਕ ਪੂਰਾ ਕੰਬੀਨੇਸ਼ਨ ਬਣਾਇਆ ਗਿਆ ਅਤੇ ਨਾਲ ਦੇ ਨਾਲ ਇਹ ਨਹੀਂ ਕਿ ਸਿਰਫ ਪਾਤੀ ਹੈ, ਕਿਉਂਕਿ ਬਾਹਰ ਅਸੀਂ ਦੇਖਦੇ ਹਾਂ ਕਿ ਸਿਰਫ ਵੈਜੀਜ਼ ਪਾ ਕੇ ਥੋੜ੍ਹੀ ਜਿਹੀਆਂ ਸਪਰਿੰਗ ਰੋਲ ਬਣਾ ਦਿੱਤਾ ਜਾਂਦਾ ਹੈ, ਇੱਕ ਸੌਸ ਦੇ ਨਾਲ ਇੱਕ ਫਲੇਵਰ ਵੀ ਦਿੱਤਾ ਜਾਂਦਾ। ਹੁਣ ਜੀ ਟਰਾਈ ਕਰਦੇ ਹਾਂ ਆਪਾਂ ਫਰੈਂਚ ਫਰਾਈ ਦੇ ਨਾਲ, ਟਰਾਈ ਕਰ ਲੈਂਦੇ ਹਾਂ। ਫਰੈਂਚ ਫਰਾਈ ਹੈ, ਕ੍ਰਿਸਪੀ ਆ, ਮਜ਼ੇਦਾਰ ਗੱਲ ਹੈ, ਮਸਾਲਾ ਪਾਇਆ ਹੋਇਆ, ਜਦੋਂ ਮੇਰੇ ਘਰਾਂ 'ਚ ਨਹੀਂ ਪਕੌੜਿਆਂ ਦੇ ਮਸਾਲਾ ਪਾ ਦਿੰਦੇ, ਕਾਲਾ ਕਾਲਾ ਨਮਕ ਪਾ ਦਿੱਤਾ, ਉਸੇ ਦਾ ਮਸਾਲਾ ਤਾਂ ਹੋਰ ਚਟਪਟਾ ਹੈ, ਵਾਕਈ, ਕਿਉਂਕਿ ਫਰੈਂਚ ਫਰਾਈ ਹੁੰਦਾ ਫਰਾਈ ਕੀਤਾ ਪੋਟੇਟੋ ਨੂੰ, ਉਸ ਤੋਂ ਬਾਅਦ ਉਹ ਬਣਾ ਦਿੱਤਾ, ਉਹਦੀ ਕ੍ਰਿਸਪੀਨੈਸ ਕਿੰਨੀ ਹੈਗੀ ਹੈ, ਅੰਦਰੋਂ ਸੌਫਟਨੈਸ ਕਿੰਨੀ ਹੈ, ਆਹ ਦੇਖੋ ਨਾਲ ਹੀ ਟੁੱਟ ਗਿਆ। ਵੈਸੇ ਆਪਾਂ ਕਈ ਥਾਵਾਂ 'ਤੇ ਜਿਸ ਤਰ੍ਹਾਂ ਇਹ ਖਾਧੇ ਹੈ ਫਰੈਂਚ ਫਰਾਈਜ਼, ਉਹਨਾਂ 'ਤੇ ਨਾ ਵੈਸੇ ਅਰਾਰੋਟ ਲਗਾਇਆ ਹੁੰਦਾ, ਪਰ ਇੱਥੇ ਬਿਲਕੁਲ ਨਹੀਂ ਲੱਗ ਰਿਹਾ ਕਿ ਅਰਾਰੋਟ ਹੈ ਅਤੇ ਨਾ ਹੀ ਓਇਲੀ ਲੱਗ ਰਿਹਾ। ਬਹੁਤ ਓਇਲੀ ਨਹੀਂ ਹੈਗੀ ਐਂਡ ਸਭ ਤੋਂ ਵੱਡੀ ਗੱਲ ਹੈ ਕਿ ਕ੍ਰਿਸਪੀ ਹੈ ਐਂਡ ਨਾਲ ਦੇ ਨਾਲ ਕਿਵੇਂ ਟੁੱਟਦਾ, ਕਿਵੇਂ ਭੁਰ ਜਾਂਦਾ ਨਾਲ ਹੀ, ਨਹੀਂ ਤਾਂ ਹੱਥਾਂ 'ਤੇ ਆ ਜਾਂਦਾ ਬਿਲਕੁਲ। ਹੁਣ ਜੀ ਗ੍ਰਿਲਡ ਸੈਂਡਵਿਚ, ਆਹ ਦੇਖੋ ਅੰਦਰ ਖੀਰਾ ਹੈਗਾ, ਨਾਲ ਮਿਓਨੀਜ਼ ਲਾਈਆਂ ਨੇ, ਥੋੜ੍ਹੀ ਜਿਹੀ ਕ੍ਰੀਮ ਲਾਈ ਹੋਈ ਹੈ ਅਤੇ ਟਮੈਟੋ ਹੈ ਅਤੇ ਉਸ ਤੋਂ ਇਲਾਵਾ ਹੋਰ ਵੀ ਟਮੈਟੋ ਦੀ ਅੰਦਰ ਜਿਹੜੀ ਹੈ ਪਿਓਰੀ ਲਾਈ ਗਈ ਹੈ, ਪਰ ਗ੍ਰਿਲ ਇਸ ਤਰੀਕੇ ਨਾਲ ਕੀਤਾ ਗਿਆ, ਕ੍ਰਿਸਪ ਹੈ, ਆਹ ਦੇਖੋ, ਆਹ ਬਾਹਰੋਂ ਦੇਖੋ ਕਿਵੇਂ ਕ੍ਰਿਸਪੀਨੈਸ, ਆਹ ਦੇਖੋ, ਆਹ ਦੇਖੋ ਕਿਵੇਂ ਕ੍ਰਿਸਪੀਨੈਸ ਆ ਰਹੀ ਹੈ, ਆਵਾਜ਼ ਦੇਖ ਸਕਦੇ ਹੋ ਤੁਸੀਂ ਜੇ ਸਾਊਂਡ ਆਏ ਕਿਵੇਂ ਕ੍ਰਿਸਪੀਨੈਸ ਹੈ। ਹੁਣ ਜੀ ਟਰਾਈ ਕਰਦੇ ਹਾਂ। ਅੱਛਾ ਵਰਮਾ ਜੀ, ਜਿਸ ਤਰ੍ਹਾਂ ਤੁਸੀਂ ਬਜ਼ਮ ਏ ਜ਼ਾਇਕਾ ਦੇ ਵਿੱਚ ਵਾਰ ਵਾਰ ਖਾਂਦੇ ਪੀਂਦੇ ਰਹਿੰਦੇ ਹੋ, ਪਰ ਤੁਹਾਡੀ ਫਿਟਨੈਸ ਤਾਂ ਪੂਰੀ ਹੈ ਜੀ, ਕਿਤੇ ਇਹੀ ਕਾਰਨ ਤਾਂ ਨਹੀਂ ਕਿ ਤੁਸੀਂ ਗ੍ਰਿਲ ਸੈਂਡਵਿਚ ਖਾਂਦੇ ਹੋ ਔਰ ਹੈਲਦੀ ਫੂਡ ਵੀ ਹੈ, ਕਿਉਂਕਿ ਇਹਦੇ ਵਿੱਚ ਵੈਜੀਟੇਬਲਸ ਹੈ, ਪੋਟੈਟੋ ਹੈ। ਤੁਹਾਨੂੰ ਲੱਗਦਾ ਪੰਜਾਬ 'ਚ ਰਹਿ ਕੇ ਮੈਂ ਸਿਰਫ ਗ੍ਰਿਲਡ ਸੈਂਡਵਿਚ ਖਾ ਸਕਦਾ, ਕਿਉਂਕਿ ਪੰਜਾਬ 'ਚ ਰਹਿ ਕੇ ਤੁਹਾਨੂੰ ਪਰੌਂਠੇ ਵੀ ਮਿਲਣੇ ਆ, ਭਟੂਰੇ ਵੀ ਮਿਲਣੇ ਆ, ਕੁਲਚੇ ਵੀ ਮਿਲਣੇ ਆ, ਕਚੌਰੀਆਂ ਵੀ ਮਿਲਣੀਆਂ, ਸਮੋਸੇ ਵੀ ਮਿਲਣੇ ਆ, ਡੋਸੇ ਵੀ ਮਿਲਣੇ ਆ, ਠੀਕ ਹੈ, ਹਰ ਚੀਜ਼ ਇੱਥੇ ਜਿਹੜੀ ਆ ਉਹ ਤੁਹਾਨੂੰ ਮਿਲੂਗੀ ਅਤੇ ਨਾਲ ਦੇ ਨਾਲ ਆਪਣਾ ਸਿਹਤ ਦਾ ਵੀ ਧਿਆਨ ਰੱਖਦੇ ਆ ਅਤੇ ਇਹੋ ਜਿਹਾ ਲਜ਼ੀਜ਼ ਜ਼ਾਇਕੇਦਾਰ ਬਜ਼ਮੇ ਜ਼ਾਇਕਾ ਦੇ ਇਹ ਵੀ ਖਾਂਦੇ ਹਾਂ।
ਹੁਣ ਜੇ ਟਰਾਈ ਕਰਦੇ ਹਾਂ, ਤੁਸੀਂ ਦਾਲ ਲਓ, ਦਾਲ ਹਾਲਾਂਕਿ ਮੈਂ ਵੀ ਥੋੜ੍ਹੀ ਜਿਹੀ ਲੈਣਾ ਕਿਉਂਕਿ ਦਾਲ 'ਚ ਦੇਖੋ ਬਾਹਰ ਘਿਓ ਕਿਵੇਂ ਆਇਆ ਵਾ, ਕਰੀਮ ਵੀ ਹੈਗੀ ਹੈ, ਥੋੜ੍ਹਾ ਜਿਹਾ ਪੁਦੀਨਾ ਪਾਇਆ ਹੋਇਆ। ਦਾਲ ਅਸੀਂ ਟਰਾਈ ਕਰਦੇ ਹਾਂ ਕਿਉਂਕਿ ਦਾਲ ਮੈਂ ਥੋੜ੍ਹੀ ਜਿਹੀ ਚੱਖ ਲਈ, ਕਰੀਮੀ ਹੈ, ਫਲੇਵਰਫੁੱਲ ਹੈ ਅਤੇ ਨਾਲ ਦੇ ਨਾਲ ਮਜ਼ੇਦਾਰ ਹੈ, ਜੂਸੀ ਹੈ। ਅਤੇ ਦਾਲ ਤਾਂ ਇਹੋ ਜਿਹੀ ਚੀਜ਼ ਹੈ ਕਿ ਕਿਤੇ ਵੀ ਮਿਲ ਸਕਦੀ ਹੈ, ਬਿਲਕੁਲ ਗਾੜੀ ਵੀ ਹੈ ਅਤੇ ਨਾਲ ਦੇ ਨਾਲ ਇੱਕ ਕੁਆਂਟਿਟੀ ਹੁੰਦੀ ਹੈ ਪਲਸ ਦੀ, ਯਾਨੀ ਜਿਹੜੀ ਇਹਦੇ ਦਾਲ ਪਾਈ ਹੋਈ ਹੈ। ਕਈ ਵਾਰੀ ਕਈ ਰੈਸਟੋਰੈਂਟ ਜਿੱਥੇ ਕੀ ਕਰਦੇ ਨੇ ਉਹ ਇਹ ਦਾਲ ਨੂੰ ਘੱਟ ਕਰਦੇ ਨੇ, ਲੇਕਿਨ ਜਿਹੜੀ ਉਹਦਾ ਫਲੇਵਰ ਹੈਗਾ, ਉਹਦੀ ਗ੍ਰੇਵੀ ਹੈ, ਉਹ ਵੱਧ ਹੁੰਦੀ ਹੈ। ਇੱਥੇ ਬਿਲਕੁਲ ਬੈਲੈਂਸ ਜਿਹੜੀ ਹੈ ਉਹ ਕੁਆਂਟਿਟੀ ਹੈਗੀ ਹੈ, ਦਾਲ ਵੀ ਉੱਨੀ ਹੈ ਪਰ ਨਾਲ ਦੇ ਉਹਦੀ ਜਿਹੜੀ ਗ੍ਰੇਵੀ ਹੈ ਉਹ ਹੈਗੀ ਹੈ ਅਤੇ ਇੱਕ ਟੈਕਸਚਰ ਬਹੁਤ ਵਧੀਆ ਲੱਗ ਰਿਹਾ, ਯਾਨੀ ਬਿਲਕੁਲ ਕੜੀ ਨਹੀਂ ਹੈਗੀ ਹੈ ਅਤੇ ਵਧੀਆ ਤਰੀਕੇ ਨਾਲ ਬਣਾਈ ਗਈ ਹੈ, ਫਰੈਸ਼ ਹੈ। ਪਰ ਕਲਰ ਦਾ ਜਿਹੜਾ ਟੈਕਸਚਰ ਹੈ ਮੈਂ ਉਹ ਵੀ ਗੱਲ ਕਰ ਰਿਹਾ, ਵਾਕਈ ਕਮਾਲ ਹੈ। ਹੁਣ ਜੀ ਸਾਡਾ ਫੇਵਰੇਟ, ਅਸੀਂ ਟਰਾਈ ਕਰਾਂਗੇ। ਆਹ ਹੈਗਾ ਚਿਕਨ, ਚਿਕਨ ਟਰਾਈ ਕਰਦੇ ਹਾਂ ਕਿ ਕਿਹੋ ਜਿਹਾ ਚਿਕਨ ਹੈ। ਪਹਿਲਾਂ ਇਹਨੂੰ ਤੋੜ ਲਈਏ ਥੋੜ੍ਹਾ ਜਿਹਾ, ਕਿਉਂਕਿ ਚਿਕਨ ਹੈ ਤਾਂ ਬਿਲਕੁਲ ਫਰੈਸ਼ ਹੈ। ਆਹ ਦੇਖੋ ਪੀਸਿਸ ਹੈਗੇ ਹੈ, ਥੋੜ੍ਹਾ ਜਿਹਾ ਹਾਰਡ ਅੰਦਰੋਂ ਸੋਫਟ, ਗ੍ਰੇਵੀ ਦੇ ਨਾਲ ਟਰਾਈ ਕਰੀਏ। ਟੈਂਗੀਨੈਸ, ਕ੍ਰੀਮੀਨੈਸ ਦਾ ਇੱਕ ਪਰਫੈਕਟ ਬੈਲੈਂਸ ਹੈ, ਜ਼ੁਬਾਨ 'ਚ ਜਾ ਕੇ ਜੋ ਘੁਲਿਆ ਇਹ। ਆਹ ਇਸ 'ਤੇ ਤੁਸੀਂ ਦੇਖੋ ਇੱਕ ਟੈਂਗੀਨੈਸ ਹੈਗੀ, ਕ੍ਰੀਮੀਨੈਸ ਹੈਗਾ, ਟੈਕਸਚਰ ਬਹੁਤ ਵੱਖਰਾ ਹੈ ਪਰ ਨਾਲ ਦੇ ਨਾਲ ਜੋ ਮਸਾਲਿਆਂ ਦਾ ਜ਼ਾਇਕਾ ਆ ਰਿਹਾ ਹੈ, ਕੋਈ ਚੀਜ਼ ਕਿਸੇ 'ਤੇ ਭਾਰੂ ਨਹੀਂ ਹੈਗੀ, ਯਾਨੀ ਤੁਸੀਂ ਲੂਣ ਵੀ ਪਾ ਲਉਂਗੇ ਨਹੀਂ ਭਾਰੂ, ਜੇ ਤੁਸੀਂ ਕਾਲੀ ਮਿਰਚ ਪਾ ਰਹੇ ਹੋ ਨਹੀਂ ਭਾਰੂ, ਗਰਮ ਮਸਾਲਾ ਪਾ ਰਹੇ ਹੋ ਨਹੀਂ ਭਾਰੂ। ਆਹ ਦੇਖੋ ਅੰਦਰੋਂ ਚਿਕਨ ਕਿੰਨਾ ਕੁ ਬਣਿਆ ਹੋਇਆ, ਆਹ ਉਹ ਦੱਸਦੀ ਹੈ ਉਹਦੀ ਪਿੰਕਨੈਸ, ਉਹਦੀ ਲੇਅਰ। ਆਹ ਦੇਖੋ ਬਿਲਕੁਲ ਵਾਈਟ ਨਹੀਂ ਹੈਗਾ, ਅੰਦਰ ਪਿੰਕਿਸ਼ ਹੈਗਾ, ਦੈਟ ਮੀਨਜ਼ ਓਵਰ ਕੁਕਡ ਨਹੀਂ ਹੈ, ਘੱਟ ਕੁੱਕ ਨਹੀਂ ਕੀਤਾ ਹੋਇਆ, ਕੱਚਾ ਨਹੀਂ ਹੈਗਾ, ਪਰਫੈਕਟਲੀ ਵੈਲ ਬੈਲੈਂਸਡ ਕੁਕਡ ਵਿਦ ਵੈਲ ਬੈਲੈਂਸਡ ਆਪਾਂ ਮਸਾਲੇ ਕਹਿ ਸਕਦੇ ਹਾਂ, ਅਤੇ ਬਾਕੀ ਬਹੁਤ ਸਵਾਦ ਸੀ। ਇਹ ਸਾਫ਼ ਤੌਰ 'ਤੇ ਪਤਾ ਲੱਗ ਰਿਹਾ, ਆਹ ਦੇਖੋ ਕਿਆ ਬਾਤ ਹੈ, ਕਿਵੇਂ ਟੁੱਟ ਰਿਹਾ, ਕਿੰਨੇ ਆਰਾਮ ਨਾਲ ਟੁੱਟ ਰਿਹਾ, ਆਹ ਦੇਖੋ ਕਿਵੇਂ ਲੇਅਰਿੰਗ ਵਾਈਜ਼ ਟੁੱਟ ਰਿਹਾ, ਇਹ ਇਹਦੀ ਖਾਸੀਅਤ ਹੈ। ਬਿਲਕੁਲ ਬਿਲਕੁਲ ਰੂਮ ਟੈਂਪਰੇਚਰ ਵਾਲਾ ਚਿਕਨ ਕਹਿ ਸਕਦੇ ਹਾਂ, ਅਤੇ ਰੋਮ ਰੋਮ ਵਾਲਾ, ਜਿਹੜਾ ਰੋਮ ਰੋਮ ਹਿਲਾ ਦੇ ਤੁਹਾਡੀ, ਇਹੋ ਜਿਹਾ ਇਹ ਚਿਕਨ ਹੈਗਾ। ਜੇ ਤੁਸੀਂ ਵੀ ਆਉਣਾ ਭਰਤਗੜ੍ਹ ਸਰਾਏ ਜ਼ਰੂਰ ਆਓ ਅਤੇ ਜ਼ਰੂਰ ਦੇਖਦੇ ਰਹੋ ਬਜ਼ਮੇ ਜ਼ਾਇਕਾ, ਤਾਂ ਕਿ ਤੁਹਾਡੇ ਤੱਕ ਅਸੀਂ ਇਹੋ ਜਿਹੇ ਖਾਣੇ ਲੈ ਕੇ ਆਉਂਦੇ ਰਹਾਂਗੇ ਆਪਣੀ ਜ਼ੁਬਾਨ ਦੇ ਜ਼ਰੀਏ ਅਤੇ ਆਪਣੇ ਜ਼ਾਇਕੇ ਦੇ ਜ਼ਰੀਏ, ਤਾਂ ਕਿ ਇੱਥੇ ਤੁਸੀਂ ਆਓ ਅਤੇ ਵਧੀਆ ਤਰੀਕੇ ਨਾਲ ਜੋ ਤੁਸੀਂ ਦੱਸਿਆ ਉਹ ਜ਼ਰੂਰ ਖਾਓ, ਤਾਂ ਕਿ ਤੁਸੀਂ ਵੀ ਕਹੋਗੇ ਕਿ ਅਗਲਾ ਬਜ਼ਮਾ ਜ਼ਾਇਕਾ ਜਿਹੜਾ ਹੈ ਜੇ ਅਸੀਂ ਦੇਖਣਾ ਹੈ, ਤਾਂ ਆਖਿਰਕਾਰ ਸਾਨੂੰ ਪਤਾ ਲੱਗ ਜੂਗਾ ਕਿੱਥੇ ਜਾ ਕੇ ਕਿਹੜਾ ਜ਼ਾਇਕਾ ਚੱਕਣਾ। ਸਤਿ ਸ਼੍ਰੀ ਅਕਾਲ।